ਨਾਮ ਉਹ ਮੇਸ਼ਾ ਜੀ ਔਰ ਮੌਂਟੂ ਕਿੱਥੋਂ ਦੇ ਨੇ ਮਾਡਲ ਟਾਊਨ ਸ਼ਹਿਰ ਆਰਦੀ ਪਹਿਲੇ ਦੇਖੋ ਗੱਲ ਹੈਗੀ ਇਦਾਂ ਇਹਨਾਂ ਨੇ ਪਹਿਲਾਂ ਰੰਜੀਤ ਜੀ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਹਨਾ 29 ਅਗਸਤ 2022 ਨੂੰ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ ਤੇ ਇਹਨਾਂ ਵਿੱਚੋਂ ਕੋਈ ਹਜੇ ਤੱਕ 8 ਜਣਿਆਂ ਦੇ ਬਾਈ ਨਾਮ ਪਰਚਾ ਹੈ ਜੀ ਇਹਨਾਂ ਦੇ ਵਿੱਚੋਂ 2 ਜਣਿਆਂ ਨੇ ਪੁਲਿਸ ਵਾਲਿਆਂ ਨੂੰ ਫੜਿਆ ਜਿਹਦੇ ਵਿੱਚੋਂ ਇੱਕ ਗੌਰਵ ਵਰਫ ਪਿੰਡੂ ਸੀਗਾ ਉਹ 3 ਦਿਨ ਪਹਿਲਾਂ ਜਮਾਨਤ ਤੇ ਆਇਆ ਉਹਨਾਂ ਨੇ ਦੇਖਿਆ ਇਹਨਾਂ ਨੇ ਮੇਰੇ ਦਿਨਾਂ ਬੜੀ ਪੈਰਵਾਈ ਕਰ ਰਿਹਾ ਹੈ ਰਾਜੀਨਾਮੇ ਦੀ ਹਨਾ 307 ਕਿਉਂਕਿ ਮੈਂ ਵੀ ਪੂਰੀ ਪੈਰਵਾਈ ਕਰਨੇ ਆਂ ਜਿਹੜੀ ਮੈਂ ਜ਼ਮਾਨਤਾ ਨਹੀਂ ਹੋ ਦੇ ਰਹਿਆ ਸੀ ਪਰ ਫਿਰ ਵੀ ਚਲੋ ਐਸ ਅਕੋਰਡਿੰਗ ਲਾ ਉਹਨੂੰ 6 ਮਹੀਨੇ ਤੋਂ ਬਾਅਦ ਜ਼ਮਾਨਤ ਮਿਲ ਗਈ ਹਨਾ ਜੀ ਤੇ ਉਸ ਤੋਂ ਬਾਅਦ ਇਹਨੇ ਆਂਦੇ ਹੀ ਸਾਜ਼ਿਸ਼ ਦੇ ਆਪਣੇ ਸਾਜ਼ਿਸ਼ ਦੇ ਤਹਿਤ ਉਹਨੇ ਆਪਣੇ ਘਰ ਗੋਲੀਆਂ ਚਲਵਾ ਗਿਆ ਆਪਣੀ ਦਾਦੀ ਦੇ ਗੋਲੀ ਪੱਟ ਤੇ ਮਰਵਾ ਕੇ ਮੇਰਾ ਨਾਂ ਲਿਖਵਾ ਦਿੱਤਾ ਤੇ ਜੀ ਮੈਨੂੰ ਮਾਡਲ ਟਾਊਨ ਥਾਣੇ ਵਾਲੇ ਸਾਢੇ 1:30 ਵਜੇ 1:3 ਇੱਕ ਇੱਕ ਤੋਂ 1:3 ਤੋਂ 2 ਵਜੇ ਤੇ ਮੈਨੂੰ ਲੈ ਆਏ ਠੀਕ ਹੈ ਜੀ ਜਦੋਂ ਉਹਨਾਂ ਨੇ ਲੈ ਕੇ ਦੇਖਿਆ ਕਿ ਮੁੰਡਾ ਦਾ ਇਨੋਸੈਂਟ ਲੱਗ ਰਿਹਾ ਵਾਹਣਾ ਜੀ ਤੇ ਜਦੋਂ ਨੂੰ ਐਸਐਸਪੀ ਸਾਹਿਬ ਨੇ ਕਿਹਾ ਕਿ ਦੂਜੀ ਪਾਰਟੀ ਨੂੰ ਲਿਆਓ ਦੂਜੀ ਪਾਰਟੀ ਸਾਰੀ ਗਾਇਬ ਹੋ ਗਈ ਜੀ ਜਿਹੜਾ ਉਹ ਗੌਰਵ ਉਰਫ ਪੈਂਡੂ ਆ ਇਹ ਗਾਇਬ ਰਿਆ ਪੂਰਾ ਦਿਨ ਪੂਰੀ ਰਾਤ ਇਹ ਦੇਖੋ ਮੈਨੂੰ ਇੱਥੇ ਬਿਠਾਈ ਰੱਖਿਆ ਮੈਨੂੰ ਬੜਾ ਹਰਾਸ ਕੀਤਾ ਪੂਰਾ ਪੂਰੀ ਰਾਤ ਦਾ ਬੈਠਾ ਪੂਰੀ ਸ਼ਾਮ ਤੱਕ ਬੈਠਾ ਜਦ ਤੱਕ ਵੀਡੀਓ ਪ੍ਰੂਫ ਨਹੀਂ ਇਹਨਾਂ ਨੂੰ ਦੇ ਦਿੱਤੇ ਗਏ ਮੈਨੂੰ ਨਹੀਂ ਛੱਡਿਆ ਗਿਆ ਹਨਾ ਇਹ ਮੱਲੇ ਵਾਲਿਆਂ ਨੇ ਕਹਿ ਕੇ ਦੁਆਰ ਤੋਂ ਇਹਨੂੰ ਵੀ ਪੇਸ਼ ਕਰਵਾਇਆ ਸ਼ਾਮ ਨੂੰ ਪੂਰੀ ਦਿਨ ਪੂਰੀ ਰਾਤ ਪਤਾ ਨਹੀਂ ਕਿੱਥੇ ਰਿਹਾ ਮੱਲੇ ਵਾਲਿਆਂ ਨੇ ਕਹਿ ਕੇ ਪੇਸ਼ ਕਰਵਾਇਆ ਉਸ ਤੋਂ ਬਾਅਦ ਇਹ ਪੇਸ਼ ਹੋਣ ਤੋਂ ਬਾਅਦ ਮੈਨੂੰ ਛੱਡ ਦਿੱਤਾ ਗਿਆ ਤੇ ਗੋਲੀ ਚੱਲੀ ਆ ਹਨਾ ਅਸਲਾ ਕਿੱਥੋਂ ਆਇਆ ਇਹ ਹਜੇ ਕੁਝ ਨਹੀਂ ਪਤਾ ਗੋਲੀ ਚੱਲੀ ਆ ਕਹਨੇ ਚਲਾਈ ਆ ਇਹਨਾਂ ਨੇ ਹਜੇ ਤੱਕ ਕੁਝ ਪਤਾ ਨਹੀਂ ਕਰਾਇਆ ਮੈਨੂੰ ਹਰਾਸ ਕੀਤਾ ਗਿਆ ਇੱਕ ਦਿਨ ਦਾ ਠੀਕ ਆ ਜੇ ਪੁਲਿਸ ਅੱਗੇ ਕਾਰਵਾਈ ਨਹੀਂ ਕਰਦੀ ਤਾਂ ਮੈਂ ਐਸਐਸਪੀ ਸਾਹਿਬ ਕੋ ਪੇਸ਼ ਆਉਂਗਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋ ਵੀ ਪੇਸ਼ ਆਉਂਗਾ ਕਿ ਮੇਰੇ ਨਾਲ ਆ ਆ ਚੀਜ਼ ਹੋ ਰਹੀ ਆ ਅੱਗੇ ਵੀ ਹੋ ਸਕਦੀ ਆ ਮੇਰੇ ਨਾਲ ਜੀ ਜੇ ਮੇਰੇ ਕੋ ਵੀਡੀਓ ਪ੍ਰੂਫ ਨਾ ਹੁੰਦੇ ਤੇ ਮੇਤੇ 307 ਆਮ ਸੈਕਟਰ ਦੀ ਧਾਰਾ ਪੱਕੀ ਲੱਗਣੀ ਸੀ ਜੀ ਜੇ ਮੈਂ ਇਨੋਸੈਂਟ ਨਾ ਹੁੰਦਾ ਨਾ ਮੈਂ ਆਪਣੇ ਘਰ ਨਾ ਹੁੰਦਾ ਤੇ ਮੇਰੇ ਤੇ ਤਾਂ ਪੱਕੀ ਧਾਰਾ ਲੱਗੀ ਸੀ ਇਸ ਲਈ ਮੈਂ ਤੁਹਾਡੇ ਰਾਈ ਮੈਂ ਕਹਿਣਾ ਚਾਹੂੰਗਾ ਐਸਐਸਬੀ ਸਾਹਿਬ ਐਸਐਚਓ ਸਾਹਿਬ ਆਪਣੇ ਮਾਨਯੋਗ ਡਿਪਟੀ ਸਾਹਿਬ ਪਲਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਮੇਰਾ ਸਾਰਾ ਪਤਾ ਆ ਮੇਰਾ ਰਿਕਾਰਡ ਸਾਰਾ ਪਤਾ ਹੈ ਕਿ ਆਪਾਂ ਇੱਕ ਨੰਬਰ ਦੇ ਬੰਦੇ ਆ ਇਹ ਜਿਹੜੇ ਹੈਗੇ ਇਹ ਦੂਜੇ ਗੁੱਲੀ ਹੋਣੀ ਜਿਨ੍ਹਾਂ ਨੇ ਮੇਤੇ ਹਮਲਾ ਕੀਤਾ ਈ ਦੋ ਨੰਬਰ ਦਾ ਕੰਮ ਕਰਦੇ ਇਹਨਾਂ ਦੇ ਕੋਈ ਪੱਕੇ ਟਿਕਾਣੇ ਨਹੀਂ ਹੈ ਜੀ ਚਿੱਟਾ ਵੇਚਦੇ ਆ ਇਹ ਗੌਰਵ ਉਹ ਪਿੰਡੂ 7 ਮਹੀਨਿਆਂ ਬਾਅਦ 6 ਤੋਂ 7 ਮਹੀਨਿਆਂ ਦੇ ਬਾਅਦ ਜ਼ਮਾਨਤ ਤੇ ਆਇਆ ਆਂਦੇ ਸਾਰੇ ਨੇ ਆ ਕੰਮ ਕੀਤਾ ਜੀ ਜਿਹਦੇ ਵਿੱਚ ਮੈਂ નિર્ਦੋਸ਼ ਹਾਂ ਬਣਦੀ ਕਾਰਵਾਈ ਐਸਐਸਬੀ ਸਾਹਿਬ ਵੱਲੋਂ ਕੱਲ ਤੱਕ ਕੀਤੀ ਜਾਵੇ ਨਹੀਂ ਤਾਂ ਉਸ ਤੋਂ ਬਾਅਦ ਮੈਂ ਭਗਵੰਤ ਸਿੰਘ ਮਾਨ ਕੋ ਵੀ ਪੂਰੇ ਆਪਣੇ ਮੋਤਵਾਰ ਬੰਦੇ ਲੈ ਕੇ ਪੇਸ਼ ਹੋਣ ਦੀ ਕੋਸ਼ਿਸ਼ ਕਰੂੰਗਾ ਜੀ ਪੁਰਾਣਾ ਮਾਮਲਾ ਕੀ ਸੀਗਾ ਜੱਜ ਜੀ ਪੁਰਾਣਾ ਮਾਮਲਾ ਇਹ ਸੀਗਾ ਕਿ ਇਹਨਾਂ ਨੇ ਮੇਰੇ ਜੀ ਸਤਾਰੀ ਰੋਡ ਤੇ ਰੋਕ ਕੇ ਗੋਲੀ ਹਮਲਾ ਕੀਤਾ ਸੀ ਇਹਨਾਂ ਨੇ ਪਿੱਛੋਂ ਗੱਡੀ ਮਾਰੀ ਮੇਰੇ ਮੈਨੂੰ ਰੋਕ ਕੇ ਮੈਨੂੰ ਮੌਤ ਦੇ ਘਾਟ ਉਤਾਰਨ ਦੀ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਬਾਕੀ ਉਹ ਰੱਬ ਅੱਗੇ ਰੱਬ ਦੀ ਮਰਜ਼ੀ ਨਾਲ ਕੁਝ ਨਹੀਂ ਹੁੰਦਾ ਜੀ ਮੈਂ ਬਚ ਗਿਆ ਜਿਹਦੀ ਪ੍ਰੈਸ ਕਾਨਫਰੰਸ ਵੀ ਮੈਂ ਕੀਤੀ ਸੀਗੀ ਤੁਹਾਨੂੰ ਸਾਰਾ ਕੁਝ ਦੱਸਿਆ ਫੋਟੋ ਆ ਬਾਕਾਇਦਾ ਸਭ ਕੁਝ ਹੈਗਾ ਜੀ ਮੇ 326 307 ਇਹਨਾਂ ਤੇ ਧਾਰਾ ਲੱਗੀਆਂ ਆ ਉਸ ਤੋਂ ਅੱਗੇ ਕੁਝ ਨਹੀਂ ਹੋਇਆ ਨਾ ਬੰਦੇ ਫੜ ਹੋਏ ਇਹਨਾਂ ਕੋ ਨਾ ਕੁਝ ਹੋਇਆ 7 ਮਹੀਨਿਆਂ ਦਾ ਨਾ ਇਹਨਾਂ ਨੇ ਪੀਓ ਕੋਸ਼ਿਸ਼ ਕੀਤਾ ਕੋਈ ਵੀ ਬੰਦਾ ਹੈ ਸਿਟੀ ਟਾਣੇ ਵਾਲਿਆਂ ਕੋ ਮਾਮਲਾ ਚੱਲ ਰਿਹਾ ਵਾ ਇਹ ਅੱਗੇ ਵੀ ਕਰ ਸਕਦੇ ਮੈਨਾਂ ਹਨਾ ਅੱਗੇ ਵੀ ਇਹ ਆਪਣੇ ਬਰਦਤ ਕੁਝ ਕਰਕੇ ਮੈਨੂੰ ਫਸਾ ਸਕਦੇ ਮੈਂ ਕਿਤੇ ਗਿਆ ਹੋਵਾਂ ਮੈਂ ਕਿਤੇ ਜਾ ਸਕਦਾ ਹਨ ਮੇਰੇ ਸਹੁਰੇ ਦਿੱਲੀ ਆ ਮੇਰੀ ਭੈਣ ਦਿੱਲੀ ਆ ਮੈਂ ਅਗਰ ਦਿੱਲੀ ਗਿਆ ਹੁੰਦਾ ਸਪੋਜ਼ ਕਰੋ ਤੁਸੀਂ ਹਨਾ ਜੀ ਇਹਨਾਂ ਨੇ ਤਾਂ ਮੇਤੇ 307 ਲਾਤੀ ਸੀ ਹਨਾ ਜੀ ਮੈਂ ਨਾ ਇੱਥੇ ਪੇਜ ਹੁੰਦਾ ਬਾਕੀ ਬਣਦੀ ਕਾਰਵਾਈ ਕੀਤੀ ਜਾਵੇ ਐਸਐਸਪੀ ਸਾਹਿਬ ਕੋ ਪੇਸ਼ ਹੋਵਾਂਗੇ ਜੇ ਕੱਲ ਸ਼ਾਮ ਤੱਕ ਕਾਰਵਾਈ ਨਾ ਹੋਈ ਠੀਕ ਹੈ ਜੀ ਕਦੇ ਵਾਸਤੇ ਮਾਡਲ ਟਾਊਨ ਮੈਨੂੰ ਰਹਾਸ ਕੀਤਾ ਜਾ ਰਿਹਾ ਜੀ ਪੂਰਾ ਕਿ ਆਓ ਤੁਸੀਂ ਆਪਣੇ ਬਿਆਨ ਲਿਖਾ ਕੇ ਜਾਓ ਹਨਾ ਆਪਾਂ ਦਾ ਆਪਣੇ ਆਈ ਜੰਨੇ ਆ ਕਿਉਂਕਿ ਮੋਤਵਾਰ ਬੰਦੇ ਸਾਨੂੰ ਲੈ ਗਏ ਸੀਗੇ ਕਿ ਜਦੋਂ ਤੁਸੀਂ ਫੋਨ ਕਰੋਗੇ ਆਪਾਂ ਪੇਸ਼ ਹੋਵਾਂਗੇ ਜੀ ਕਿਉਂਕਿ ਆਪਾਂ ਕੀਤਾ ਕੁਝ ਨਹੀਂ ਹੈ। ਬਾਕੀ ਇਹ ਆ ਬਲਾ ਤੇ ਮੈਂ ਆਇਆ ਪੁੱਛਣੇ ਇਹਨਾਂ ਨੂੰ ਕਿ ਜਿਹੜੀ ਗੋਲੀ ਚੱਲੀ ਆ ਉਹਦਾ ਮੈਨੂੰ ਦੱਸਿਆ ਜਾਵੇ ਕਿਹਨੇ ਚਲਾਈ ਆ ਹੈਨਾ ਜੀ ਤੇ ਕੀ ਕਾਰਵਾਈ ਕੀਤੀ ਆ ਮੈਂ ਆਪਣੇ ਮੁਤਾਬਕ ਮੈਨੂੰ ਹਰਾਸਮੈਂਟ ਦਾ ਮੈਂ ਵੀ ਪਰਚਾ ਦਰਜ ਕਰਵਾਉਣ ਆਇਆ ਹਾਂ ਕੁਝ ਦਿਨ ਪਹਿਲਾਂ ਮੇਤੇ ਇੱਕ ਵਾਰੀ ਫੇਰ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਰਮਨਦੀਪ ਉਰਫ ਕੋੜਾ ਗੁੱਲੀ ਉਰਫ ਨਵੀ ਇਹਨਾਂ ਨੇ ਮੇਰੇ ਉੱਤੇ ਪਿਸਤਲ ਕੱਢਿਆ ਉਹਦੀ ਵੀ ਰਪਟ ਮਾਡਲ ਮਾਡਲ ਡਾਊਨ ਥਾਣੇ ਆਪਣੇ ਤਜਿੰਦਰ ਜੀ ਕੋ ਰਪਟ ਲਿਖੀ ਪਈ ਆ ਉਹਦੀ